ਇਹ ਚੱਲ ਮੰਨ ਕੇ ਚੱਲੋ ਕਿ ਤੁਹਾਡੀ ਆਪਣੀ ਸਿਕਿਉਰਿਟੀ ਜਿਹੜੀ ਆ ਉਹਨੂੰ ਉਹਦੇ ਵਾਸਤੇ ਤੁਸੀਂ ਕਰਨਾ, ਕਿਉਂਕਿ ਜਿਹੜਾ ਗਲਤ ਬੰਦਾ ਆਊਗਾ ਬੈਂਕ 'ਚ ਉਹਨੇ ਆਪਣੀ ਘਟਨਾ ਨੂੰ ਅੰਜਾਮ ਦੇਣ ਲਈ ਉਹ ਕਿਸੇ ਵੀ ਹੱਦ ਤੱਕ ਜਾ ਸਕਦਾ। ਇਸ ਕਰਕੇ ਇਹਨਾਂ ਨੂੰ ਸਾਰਾ ਬਰੀਫਿੰਗ ਕੀਤੀ ਆ ਕਿ ਜਿਹੜਾ ਬੈਂਕ ਗਾਰਡ ਆ ਉਹਦੀ ਡਿਊਟੀ ਆ ਉਹ ਕਿਤੇ ਪਾਣੀ ਪਿਆਉਣ ਜਾਂ ਚਾਹ ਲਿਆਉਣ ਜਾਂ ਰਜਿਸਟਰ ਇੱਧਰ ਉੱਧਰ ਫੜਾਉਣ ਦਾ ਕੰਮ ਨਹੀਂ ਕਰ ਰਿਹਾ। ਉਹ ਗੇਟ 'ਤੇ ਖੜ੍ਹਾ ਹੋ ਕੇ ਪ੍ਰੋਪਰ ਫਿਸਕਿੰਗ ਕਰੇ, ਕਿਸੇ ਵੈਪਨ ਵਾਲੇ ਨੂੰ ਅਲਾਊਡ ਨਾ ਕਰੇ, ਜਾਣ ਨਾਲ ਅਲਾਊਡ ਨਾ ਕਰੇ। ਔਰ ਜੇ ਉਹਨੂੰ ਲੱਗਦਾ ਕਿ ਉਸ ਨੌਜਵਾਨ ਲੜਕੇ ਕਾਫੀ ਦੇਰ ਤੋਂ ਬਾਅਦ ਬੈਂਕ ਦੇ ਬਾਹਰ ਖੜ੍ਹੇ ਆ ਬਟ ਕੰਮ ਉਹਨਾਂ ਨੂੰ ਕੋਈ ਨਹੀਂ, ਉਹਦੇ ਬਾਰੇ ਇਹਨਾਂ ਨੂੰ ਕਨਵੇ ਕੀਤਾ ਕਿ ਤੁਸੀਂ ਨੀਅਰ ਬਾਈ ਪੁਲਿਸ ਸਟੇਸ਼ਨ ਜਾਂ ਜਿਹੜੀ ਚੌਂਕੀ ਆ ਉੱਥੇ ਜ਼ਰੂਰ ਤਲਾ ਦਿਓ ਕਿ ਕਾਫੀ ਦੇਰ ਦੇ ਬਾਅਦ ਬੈਂਕ 'ਤੇ ਖੜ੍ਹੇ ਆ, ਕੰਮ ਇਹਨਾਂ ਨੂੰ ਕੋਈ ਹੈ ਨਹੀਂ। ਸੈਕੰਡਲੀ ਜਿਹੜਾ ਕੈਸ਼ ਵੈਨ 'ਤੇ ਜਿੱਦਣ ਉਹਨਾਂ ਨੇ ਲੈ ਕੇ ਆਉਣਾ ਬਿਗ ਅਮਾਊਂਟ, ਉਹਦੇ ਬਾਰੇ ਇਹ ਦੱਸਿਆ ਕਿ ਇੱਕ ਦਿਨ ਪਹਿਲਾਂ ਤੁਸੀਂ ਕੰਸਰਨ ਪੁਲਿਸ ਸਟੇਸ਼ਨ ਨੂੰ ਅਤੇ ਕੰਟਰੋਲ ਰੂਮ 'ਤੇ ਦੱਸਣਾ ਕਿ ਇੰਨੇ ਵਜੇ ਅਸੀਂ ਕਿਹੜੀ ਜਗ੍ਹਾ ਤੋਂ ਇੰਨਾ ਜਿਹੜਾ ਅਮਾਊਂਟ ਆ ਉਹ ਕੈਸ਼ ਵੈਨ 'ਤੇ ਲੈ ਕੇ ਆਉਣਾ, ਤਾਂ ਕਿ ਜਿਸ ਦਿਨ ਇਹ ਕੈਸ਼ ਵੈਨ ਲੈ ਕੇ ਆਵੇ ਉਹਦੇ ਲਈ ਜਿਹੜੇ ਜਿਹੜੇ ਸਿਕਿਉਰਿਟੀ ਮੈਜਰਸ ਅਸੀਂ ਤਿਆਰ ਕੀਤੇ ਆ ਉਹ ਨਾਲ ਜਿਹੜੇ ਆ ਉਹਨਾਂ ਦੇ ਨਾਲ। ਮੈਂ ਤੁਹਾਡੀ ਗੱਲ ਸਹਿਮਤ ਹਾਂ, ਜੇ ਉਹ ਇਸ ਤਰ੍ਹਾਂ ਕਰ ਰਹੇ ਸੀ ਅਤੇ ਇਹਦੇ ਬਾਰੇ ਵੀ ਅਸੀਂ ਅੱਗੇ ਤੋਂ ਖਿਆਲ ਰੱਖਾਂਗੇ ਕਿ ਮੋਬਾਈਲ ਜਿਹੜੇ ਆ ਉਹਨੂੰ ਸਵਿੱਚ ਆਫ ਕਰਾ ਕੇ ਮੀਟਿੰਗ ਦੁਬਾਰਾ ਕਰਾਂਗੇ। ਸਾਰੀਆਂ ਕੈਸ਼ਲੈਸ ਉੱਤੇ ਆਈਏ ਔਰ ਕੈਸ਼ਲੈਸ ਹੀ ਚੀਜ਼ਾਂ ਆਪਾਂ ਰੁਪਏ ਕਾਰਡ ਡੈਬਿਟ ਕਾਰਡ ਸਾਰੇ ਐਪਸ ਨੂੰ ਯੂਜ਼ ਕਰੀਏ ਤਾਂ ਕਿ ਇਹ ਸਾਰੀ ਚੀਜ਼ਾਂ ਸਾਡੀਆਂ ਸਿਕਿਉਰਿਟੀ ਪੁਆਇੰਟ ਆਫ ਨਾਲ ਲਿੰਕ ਹੀ ਕਰਦੀਆਂ ਨੇ ਅਤੇ ਇਹ ਸਾਰੀ ਚੀਜ਼ਾਂ ਦਾ ਸਮਾਧਾਨ ਮੈਂ ਸੋਚਦਾ ਵਾਂ ਕਿ ਜਲਦੀ ਜਲਦੀ ਹੋ ਜਾਏਗਾ। ਅਤੇ ਮੈਂ ਸ਼ੁਕਰੀਆ ਕਰਦਾ ਵਾਂ SSP ਸਾਹਿਬ ਦਾ ਕਿ ਇਹਨਾਂ ਨੇ ਆਪਣਾ ਇੱਕ ਉਪਰਾਲਾ ਕਰਕੇ ਇੱਕ ਬਹੁਤ ਅੱਛੀ ਮੁਹਿੰਮ ਚਲਾਈ ਹੈ। ਥੈਂਕ ਯੂ ਵੈਰੀ ਮੱਚ।